ਜਿਹੜੇ ਮੁੱਦਿਆਂ ਤੋਂ ਆਪਾਂ ਸ਼ੁਰੂ ਹੋਏ ਸਾਂ, ਨਸ਼ੇ ਦਾ ਮੁੱਦਾ ਉੱਥੇ ਹੀ ਅੱਜ ਵੀ ਖੜ੍ਹਾ, ਐਸ ਵਾਈ ਐਲ ਦਾ ਅੱਜ ਵੀ ਉੱਥੇ ਖੜ੍ਹਾ, ਸਕੂਲ ਅੱਜ ਵੀ ਓਨੇ ਸੁਧਰੇ ਨਹੀਂ ਜਿੰਨੇ ਆਪਾਂ ਗਰਾਊਂਡ ਲੈਵਲ 'ਤੇ ਕਹਿ ਰਹੇ ਹਾਂ। ਜੇ ਤੁਹਾਡੇ ਸੁਭਰਾਵਾਂ ਦੀ ਗੱਲ ਕਰਾਂ, ਸੁਭਰਾਵਾਂ 'ਚ ਬਹੁਤ ਸਾਰੇ ਇੰਟਰਵਿਊਜ਼ ਮੈਂ ਕੀਤੀਆਂ, ਅਜੇ ਤੱਕ ਕਿਸਾਨ ਕਹਿ ਰਹੇ ਜਿਹੜੇ ਮੁਰਗੀ ਦਾ ਸਾਨੂੰ ਦਿੰਦੇ ਸੀਗੇ ਆਪਣਾ ਮੁਆਵਜ਼ਾ, ਉਹ ਸਾਡਾ ਮੁਆਵਜ਼ਾ ਖੇਤੀ ਦਾ ਨਹੀਂ ਮਿਲਿਆ। ਜਿਵੇਂ ਵਿਰੋਧੀ ਕੁਝ ਅਕਾਲੀ ਕਾਂਗਰਸੀ, ਉਵੇਂ ਪੱਤਰਕਾਰ ਵੀ ਵਿਰੋਧੀ ਤੁਹਾਡੇ ਅਰਗੇ, ਜਿਹੜੇ ਨੈਗੇਟਿਵ ਗੱਲ ਕਰਕੇ, ਮਤਲਬ ਮੈਂ ਵਿਰੋਧੀ ਹੋ ਗਿਆ ਤੁਹਾਡੇ, ਨੈਗੇਟਿਵ ਗੱਲ ਕਰਦੇ ਵੀ ਨੈਗੇਟਿਵ ਗੱਲ ਕਰਦੇ ਜਿਹੜੀ, ਕਿਉਂ ਇੱਕ ਮਿੰਟ ਜੀ, ਟਾਈਮ ਤੇ ਲੱਗਣਾ ਹੀ ਆ, ਆਪਾਂ ਮੁੱਦੇ ਦੀ ਗੱਲ ਕਰੀਏ, ਕੋਈ ਜੇ ਕਰਦੀ ਆ ਕੋਈ ਚੰਗੀ ਗੱਲ ਕਰੀਏ। ਸਰ ਤੁਸੀਂ ਦੇਖ ਸਕਦੇ ਹੋ ਕਿ ਵਿਰੋਧੀ ਤਰ੍ਹਾਂ ਸਵਾਲ ਕਰਦੇ ਆ ਕਿ ਬਦਲਾਅ ਦੀ ਗੱਲ ਤਾਂ ਕਰਦੇ ਆ, ਪਰ ਬਦਲਾਅ ਜਿਹੜਾ ਗਰਾਊਂਡ ਲੈਵਲ ਤੇ ਸਾਨੂੰ ਨਜ਼ਰ ਨਹੀਂ ਆਇਆ, ਉਹ ਕਿਹੜਾ ਬਦਲਾਅ ਜਿਹੜਾ ਇਸ ਪਾਰਟੀ ਵੱਲੋਂ ਲਿਆਂਦਾ ਗਿਆ? ਦੇਖੋ, ਇਹਨਾਂ ਨੂੰ ਨਹੀਂ ਨਜ਼ਰ ਆਉਣਾ ਬਦਲਾਅ, ਕਿਉਂਕਿ ਇਹਨਾਂ ਦੀਆਂ ਅੱਖਾਂ ਅੱਗੇ ਨਾ ਜਿਹੜਾ ਸਿਆਸਤ ਦਾ ਖੁਮਾਰ ਚੜਿਆ, ਇਹਨਾਂ ਨੂੰ ਇਹ ਗੱਲ ਪਚਦੀ ਨਹੀਂ ਪਈ ਵੀ ਆਮ ਘਰਾਂ ਦੇ ਮੁੰਡੇ ਕੁੜੀਆਂ ਐਮ ਐਲ ਏ ਮੰਤਰੀ ਤੇ ਮੁੱਖ ਮੰਤਰੀ ਕਿਵੇਂ ਬਣ ਗਏ ਆ, ਇਹਨਾਂ ਤੋਂ ਰਾਜ ਹੀ ਖੁੱਸ ਗਿਆ। ਦਰਸ਼ਕਾਂ ਦਾ ਸਵਾਗਤ ਹੈ, ਇਸ ਵੇਲੇ ਸਿੱਧੇ ਹੀ ਆਪਾਂ ਗੱਲਬਾਤ ਕਰਾ ਰਹੇ ਹਾਂ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ, ਜੋ ਹਲਕਾ ਖਡੂਰ ਸਾਹਿਬ ਦੀ ਸੀਟ ਤੇ ਮੌਜੂਦ ਨੇ, ਆਓ ਕਰਦੇ ਗੱਲਬਾਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ, ਬਹੁਤ ਬਹੁਤ ਧੰਨਵਾਦ ਜੀ। ਸਰ, ਵਿਰੋਧੀ ਤਰ੍ਹਾਂ ਸਵਾਲ ਕਰਦੇ ਆ ਕਿ ਬਦਲਾਅ ਦੀ ਗੱਲ ਤਾਂ ਕਰਦੇ ਆ, ਪਰ ਬਦਲਾਅ ਜਿਹੜਾ ਗਰਾਊਂਡ ਲੈਵਲ ਤੇ ਸਾਨੂੰ ਨਜ਼ਰ ਨਹੀਂ ਆਇਆ, ਉਹ ਕਿਹੜਾ ਬਦਲਾਅ ਜਿਹੜਾ ਇਸ ਪਾਰਟੀ ਵੱਲੋਂ ਲਿਆਂਦਾ ਗਿਆ? ਦੇਖੋ, ਇਹਨਾਂ ਨੂੰ ਨਹੀਂ ਨਜ਼ਰ ਆਉਣਾ ਬਦਲਾਅ, ਕਿਉਂਕਿ ਇਹਨਾਂ ਦੀਆਂ ਅੱਖਾਂ ਅੱਗੇ ਨਾ ਜਿਹੜਾ ਸਿਆਸਤ ਦਾ ਖੁਮਾਰ ਚੜਿਆ, ਇਹਨਾਂ ਨੂੰ ਇਹ ਗੱਲ ਪਚਦੀ ਨਹੀਂ ਪਈ ਵੀ ਆਮ ਘਰਾਂ ਦੇ ਮੁੰਡੇ ਕੁੜੀਆਂ ਐਮ ਐਲ ਏ ਮੰਤਰੀ ਤੇ ਮੁੱਖ ਮੰਤਰੀ ਕਿਵੇਂ ਬਣ ਗਏ ਆ, ਇਹਨਾਂ ਤੋਂ ਰਾਜ ਹੀ ਖੁੱਸ ਗਿਆ। ਅੱਗੇ ਵਾਰੀ ਚੱਲਦੀ ਇਹਨਾਂ ਦੀ, ਕਦੀ ਆ ਕੇ ਅਕਾਲੀ ਤੇ ਕਦੀ ਕਾਂਗਰਸ ਦੀ, ਰਲ ਮਿਲ ਕੇ ਚੱਲਦੇ ਸੀ, ਹੁਣ ਵਿੱਚ ਆ ਕੇ ਵੜ ਗਈ ਹੈ ਤੀਜੀ ਧਿਰ ਜਿਹੜੀ ਇਮਾਨਦਾਰ ਆ ਅਤੇ ਚੰਗੇ ਢੰਗ ਨਾਲ ਚੱਲ ਰਹੀ ਆ। ਆਹ ਬਦਲਾਅ ਨਹੀਂ, 90-92% ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਿਆ, ਇਹ ਬਦਲਾਅ ਨਹੀਂ ਵੀ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਸਰਕਾਰੀ ਹੋ ਗਿਆ, ਇਹ ਬਦਲਾਅ ਨਹੀਂ ਵੀ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਨਹਿਰਾਂ ਦਾ ਪਹੁੰਚ ਗਿਆ, ਨਹੀਂ ਤਾਂ ਅੱਗੇ ਮੰਤਰੀਆਂ ਐਮ ਐਲ ਏ ਅਤੇ ਮੁੱਖ ਮੰਤਰੀ ਦੇ ਖੇਤਾਂ ਤੱਕ ਪਹੁੰਚਦਾ। ਨਹਿਰਾਂ ਜਿਹੜੀਆਂ ਨਵੀਆਂ ਬਣਦੀਆਂ ਸੀ ਉਹਨਾਂ 'ਚ ਧਾਨੇ ਲੱਗਦੇ ਸੀ, ਉਹ ਮੰਤਰੀ ਦੇ ਐਮ ਐਲ ਏ ਦੇ ਖੇਤਾਂ ਨੂੰ ਲੱਗਦੇ ਸੀ। ਉਹਦੇ ਬਾਅਦ ਜਿਹੜੀ ਬਿਜਲੀ ਆ ਉਹ ਕਿਸਾਨਾਂ ਨੂੰ ਰਾਤ ਨੂੰ 12-1 ਵਜੇ ਮਿਲਦੀ, ਮੈਂ ਆਪ ਕਿਸਾਨ ਹਾਂ, ਮੈਂ ਖੇਤੀ ਕਰਦਾ, ਅਤੇ 2022 ਤੋਂ ਪਹਿਲਾਂ ਰਾਤ ਨੂੰ 12 ਵਜੇ 1 ਵਜੇ 2 ਵਜੇ ਵੀ ਲਾਈਟ ਆਉਣੀ, ਰਾਤ ਨੂੰ ਕਿਸਾਨਾਂ ਨੇ ਜਾਗਦੇ ਰਹਿਣਾ ਵੀ ਜੇ ਫਿਊਜ ਉੱਡ ਗਿਆ ਜਾਂ ਕੋਈ ਤਾਰ ਦਾ ਜੋੜ ਸੜ ਗਿਆ, ਵਾਰੀ ਸੁੱਕੀ ਨਾ ਲੰਘ ਜੇ, ਵੀ ਮੋਟਰ ਚੱਲੂ ਤਾਂ ਫਿਰ ਸੌਣਾ। ਹੁਣ ਬੱਤੀ ਜਿਹੜੀ ਉਹ ਦਿਨੇ ਦਿਨੇ ਆਉਂਦੀ ਆ, ਅਤੇ 8 ਘੰਟਿਆਂ ਦੀ ਨਹੀਂ 10-12 ਘੰਟਿਆਂ ਦੀ ਵਾਰੀ ਹੁੰਦੀ ਆ, ਜਿਹ 'ਚੋਂ 2-3 ਘੰਟੇ ਕਿਸਾਨ ਮੋਟਰ ਬੰਦ ਕਰ ਦਿੰਦੇ ਆ, ਇਹ ਬਦਲਾਅ ਦਾ ਹਿੱਸਾ ਨਹੀਂ। ਫਿਰ ਜੇ ਕਿਸੇ ਨਾਲ ਧੱਕਾ ਹੁੰਦਾ, ਗੁੰਡਾਗਰਦੀ ਹੁੰਦੀ ਆ, ਭਾਵੇਂ ਸਾਡੀ ਪਾਰਟੀ ਦਾ ਹੋਵੇ ਕੋਈ ਤਾਂ, ਭਾਵੇਂ ਵਿਰੋਧੀ ਪਾਰਟੀ ਦਾ ਅਤੇ ਭਾਵੇਂ ਕੋਈ ਆਮ ਬੰਦਾ, ਜੇ ਕੋਈ ਧੱਕਾ ਕਰਦਾ ਉੱਤੇ ਬਕਾਇਦਾ ਪਰਚਾ ਦਰਜ ਹੁੰਦਾ। ਮੁੱਦਿਆਂ ਤੋਂ ਆਪਾਂ ਸ਼ੁਰੂ ਹੋਏ ਸਾਂ, ਨਸ਼ੇ ਦਾ ਮੁੱਦਾ ਉੱਥੇ ਹੀ ਅੱਜ ਵੀ ਖੜ੍ਹਾ, ਐਸ ਵਾਈ ਐਲ ਦਾ ਅੱਜ ਵੀ ਉੱਥੇ ਖੜ੍ਹਾ, ਸਕੂਲ ਅੱਜ ਵੀ ਓਨੇ ਸੁਧਰੇ ਨਹੀਂ ਜਿੰਨੇ ਆਪਾਂ ਗਰਾਊਂਡ ਲੈਵਲ 'ਤੇ ਕਹਿ ਰਹੇ ਹਾਂ। ਜੇ ਤੁਹਾਡੇ ਸੁਭਰਾਵਾਂ ਦੀ ਗੱਲ ਕਰਾਂ, ਸੁਭਰਾਵਾਂ 'ਚ ਬਹੁਤ ਸਾਰੇ ਇੰਟਰਵਿਊਜ਼ ਮੈਂ ਕੀਤੀਆਂ, ਅਜੇ ਤੱਕ ਕਿਸਾਨ ਕਹਿ ਰਹੇ ਜਿਹੜੇ ਮੁਰਗੀ ਦਾ ਸਾਨੂੰ ਦਿੰਦੇ ਸੀਗੇ ਆਪਣਾ ਮੁਆਵਜ਼ਾ, ਉਹ ਸਾਡਾ ਮੁਆਵਜ਼ਾ ਖੇਤੀ ਦਾ ਨਹੀਂ ਮਿਲਿਆ। ਜਿਵੇਂ ਵਿਰੋਧੀ ਕੁਝ ਅਕਾਲੀ ਕਾਂਗਰਸੀ, ਉਵੇਂ ਪੱਤਰਕਾਰ ਵੀ ਵਿਰੋਧੀ ਤੁਹਾਡੇ ਅਰਗੇ, ਜਿਹੜੇ ਨੈਗੇਟਿਵ ਗੱਲ ਕਰਕੇ, ਮਤਲਬ ਮੈਂ ਵਿਰੋਧੀ ਹੋ ਗਿਆ ਤੁਸੀਂ, ਨੈਗੇਟਿਵ ਗੱਲ ਕਰਦੇ ਵੀ ਨੈਗੇਟਿਵ ਗੱਲ ਕਰਦੇ ਜਿਹੜੀ, ਕਿਉਂ ਇੱਕ ਮਿੰਟ ਇਹ ਨਸ਼ੇ ਦੇ ਮੁੱਦੇ ਦੀ ਤੁਸੀਂ ਗੱਲ ਕੀਤੀ ਆ, ਅਕਾਲੀ ਦਲ ਕਾਂਗਰਸ ਦੇ ਐਮ ਐਲ ਏ ਚੇਅਰਮੈਨ ਅਤੇ ਉਹਨਾਂ ਦੇ ਆਗੂ ਜੇ ਕੋਈ ਫੜਿਆ ਜਾਂਦਾ ਸਮਗਲਰ, ਉਹਦੇ ਮਗਰ ਫੋਨ ਕਰਦੇ ਸੀ ਕਿ ਨਹੀਂ ਕਰਦੇ? ਕਰਦੇ ਹੁੰਦੇ ਸੀ ਨਾ ਵੀ ਇਹ ਸਾਡਾ ਬੰਦਾ ਇੱਥੇ ਪਰਚਾ ਨਾ ਦਰਜ ਹੋਵੇ। ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਸਾਡਾ ਕੋਈ ਐਮ ਐਲ ਏ ਮੰਤਰੀ, ਸਾਡਾ ਕੋਈ ਚੇਅਰਮੈਨ ਜਾਂ ਕੋਈ ਸਾਡਾ ਆਗੂ
ਥਾਣੇ 'ਚ ਜਾਂ SSP ਨੂੰ ਫੋਨ ਕੀਤਾ ਕਦੀ ਕਿਸੇ ਨੇ ਵੀ ਆ ਸਾਡਾ ਬੰਦਾ? ਸਾਡੇ ਬੰਦੇ ਨੇ ਕਦੀ ਕਿਸੇ ਦੇ ਪਿੱਛੇ ਫੋਨ ਨਹੀਂ ਕੀਤਾ ਸਮਗਲਰ ਦੇ। ਵੇਖੋ, ਇਹ ਨਹੀਂ ਅਸੀਂ ਕਹਿੰਦੇ ਵੀ ਨਸ਼ਾ ਬਿਲਕੁਲ ਬੰਦ ਹੋ ਗਿਆ, ਇਹ ਇਕੱਲੇ ਪੰਜਾਬ ਦੀ ਪ੍ਰੋਬਲਮ ਨਹੀਂ ਵੀਰ ਜੀ, ਇਹ ਪੂਰੀ ਦੁਨੀਆਂ ਦੀ ਪ੍ਰੋਬਲਮ ਹੈ। ਗੱਲ ਸੁਣੋ, ਕੈਨੇਡਾ ਅਮਰੀਕਾ 'ਚ ਓਵਰਡੋਜ਼ ਨਾਲ ਮੁੰਡੇ ਮਰਦੇ ਆ, ਉੱਥੇ ਨਹੀਂ ਤੁਸੀਂ ਜਾ ਕੇ ਸਵਾਲ ਕੀਤਾ, ਉੱਥੇ ਵੀ ਕਰੀਏ ਆਪਾਂ? ਇਹ ਜਿਹੜੀ ਪ੍ਰੋਬਲਮ ਆ 75 ਸਾਲਾਂ ਦਾ ਇਹਨਾਂ ਤਾਣਾ ਬਾਣਾ ਵਿਗਾੜਿਆ, ਇਹਨੂੰ ਸੁਧਾਰਦਿਆਂ ਵੀਰ ਟਾਈਮ ਲੱਗਣਾ, ਇਹਨੂੰ ਸੁਧਾਰਦਿਆਂ ਟਾਈਮ ਲੱਗਣਾ। 2.5 ਸਾਲ ਹੋ ਗਏ ਤੁਹਾਡੇ ਵੀ, ਅਜੇ ਵੀ 75 ਸਾਲਾਂ 'ਚ ਜਿਹੜਾ ਖਰਾਬ ਕੀਤਾ ਕੰਮ, ਉਹਨੂੰ ਟਾਈਮ ਤੇ ਲੱਗਣਾ ਹੀ ਆ। ਆਪਾਂ ਮੁੱਦੇ ਦੀ ਗੱਲ ਕਰੀਏ, ਕੋਈ ਜੇ ਕਰਦੇ ਆ ਕੋਈ ਚੰਗੀ ਗੱਲ ਕਰੀਏ। ਸਰ, ਤੁਸੀਂ ਦੇਖ ਸਕਦੇ ਹੋ ਕਿ ਸਾਡੇ ਸਵਾਲ ਜਿਹੜੇ ਅਜੇ ਅਸੀਂ ਕਾਫੀ ਕਰਨੇ ਸੀ, ਪਰ ਉਹਨਾਂ ਕੋਲ ਸਮਾਂ ਜਿਹੜਾ ਉਹ ਘੱਟ ਹੋਣ ਕਰਕੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਕਿਤੇ ਫਿਰ ਸਮਾਂ ਮਿਲਿਆ ਤਾਂ ਤੁਹਾਡੇ ਸਾਰੇ ਸਵਾਲ ਜਿਹੜੇ ਆ ਜ਼ਰੂਰ ਕਰਾਂਗੇ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਵੇਖਦੇ ਰਹੋ ਸੁਖਾਵ TV। ਧੰਨਵਾਦ।